ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਹੈ ਭਾਵੇਂ ਅੱਜ ਸਿੱਧੂ ਸਾਡੇ ਵਿੱਚਕਾਰ ਨਹੀਂ ਹੈ ਪਰ ਫਿਰ ਵੀ ਸਿੱਧੂ ਦੇ ਫੈਨ ਵੱਖੋ-ਵੱਖਰੇ ਤਰੀਕਿਆਂ ਦੇ ਨਾਲ ਅੱਜ ਸਿੱਧੂ ਨੂੰ ਯਾਦ ਕਰ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਕੋਈ ਸਿੱਧੂ ਦੇ ਘਰ ਪਹੁੰਚ ਰਿਹਾ ਹੈ ਤਾਂ ਕੋਈ ਸਿੱਧੂ ਦੀ ਯਾਦਗਾਰ ਉੱਤੇ ਪਹੁੰਚ ਰਿਹਾ ਹੈ ਅਤੇ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਪ੍ਰਸ਼ੰਸਕਾਂ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਕੇਕ ਕੱਟੇ ਗਏ ਨੇ ਅਕਸਰ ਇਸ ਤੋਂ ਪਹਿਲਾਂ ਸਿੱਧੂ ਜਦੋਂ ਵੀ ਆਪਣਾ ਜਨਮ ਦਿਨ ਮਨਾਉਂਦੇ ਸੀ ਤਾਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਸੀ ਔਰ ਅੱਜ ਵੀ ਉਸੇ ਤਰੀਕੇ ਦੇ ਨਾਲ ਜਿਹੜੀਆਂ ਪੁਰਾਣੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਪਰ ਇੱਕ ਕਮੀ ਹੈ ਜਿਹੜੀ ਕਿ ਸਿੱਧੂ ਮੂਸੇਵਾਲਾ ਅੱਜ ਇਸ ਦੁਨੀਆ ਤੇ ਨਹੀਂ ਹੈ ਸਾਡੇ ਵਿਚਕਾਰ ਨਹੀਂ ਹੈ ਉੱਥੇ ਹੁਣ ਵੱਖੋ-ਵੱਖਰੇ ਤਰੀਕੇ ਨਾਲ ਲੋਕ ਜਿਹੜੇ ਸ਼ਰਧਾਂਜਲੀ ਦੇ ਰਹੇ ਨੇ ਔਰ ਸਿੱਧੂ ਨੂੰ ਯਾਦ ਕਰ ਰਹੇ ਨੇ ਤਾਂ ਇੱਕ ਵੀਡੀਓ ਜਿਹੜੀ ਤੁਹਾਨੂੰ ਦਿਖਾਵਾਂਗੇ ਜਿਸ ਦੇ ਵਿੱਚ ਇੱਕ 7ਵੀਂ ਕਲਾਸ ਦੀ ਬੱਚੀ ਨੇ ਇੱਕ ਪੇਂਟਿੰਗ ਤਿਆਰ ਕੀਤੀ ਹੈ, ਇੱਕ ਤਸਵੀਰ ਤਿਆਰ ਕੀਤੀ ਹੈ। ਸਿੱਧੂ ਮੂਸੇਵਾਲੇ ਦੀ ਦੱਸਦੀ ਕਿ 12 ਸਾਲ ਦੀ ਬੱਚੀ ਸਾਰਾ ਦੇ ਵੱਲੋਂ ਇੱਕ ਤਸਵੀਰ ਹੈ ਜਿਹੜੀ ਉਹ ਤਿਆਰ ਕੀਤੀ ਗਿਆ ਔਰ ਇਸ ਤਸਵੀਰ ਨੂੰ ਤਿਆਰ ਕਰਨ ਦੇ ਲਈ ਗੇਂਦੇ ਦੇ ਫੁੱਲ ਅਤੇ ਮਲਾਈ ਦਾ ਇਸਤੇਮਾਲ ਕੀਤਾ ਗਿਆ ਹੈ। ਤਸਵੀਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਕਿੰਨੀ ਵਧੀਆ ਤਸਵੀਰ ਇਸ ਬੱਚੀ ਦੇ ਵੱਲੋਂ ਬਣਾਈ ਗਈ ਹੈ। ਸਾਰਾ ਇਸ ਦਾ ਨਾਮ ਹੈ ਜੀ। ਜਲੰਧਰ ਦੀ ਇਹ ਰਹਿਣ ਵਾਲੀ ਹੈ ਔਰ 7ਵੀਂ ਜਮਾਤ ਦੇ ਵਿੱਚ ਪੜ੍ਹਦੀ ਹੈ ਜਿਸ ਦੇ ਵੱਲੋਂ ਇੱਕ ਤਸਵੀਰ ਜਿਹੜੀ ਬਣਾਈ ਗਈ ਸਿੱਧੂ ਨੂੰ ਯਾਦ ਕੀਤਾ ਗਿਆ ਔਰ ਨਵੇਕਲੇ ਢੰਗ ਦੇ ਨਾਲ ਤਸਵੀਰ ਬਣਾਈ ਗਿਆ ਗੇਂਦੇ ਦੇ ਫੁੱਲ ਅਤੇ ਮੜਾਈ ਦੀ ਵਰਤੋਂ ਕਰਕੇ ਤਸਵੀਰ ਹੈ ਜਿਹੜੀ ਉਹ ਬਣਾਈ ਗਈ ਹੈ ਔਰ ਸਾਰਾ ਸਿੱਧੂ ਮੂਸੇਵਾਲੇ ਦੀ ਫੈਨ ਹੈ ਔਰ ਉਸਦੇ ਹੀ ਜਿਹੜੇ ਗੀਤ ਹੈ ਉਹ ਵੀ ਗੁਣਗਣਾਉਂਦੀ ਰਹਿੰਦੀ ਹੈ ਸੋ ਇੱਕ ਬੱਕਰੇ ਤਰੀਕੇ ਦੇ ਨਾਲ ਸਾਰਾ ਦੇ ਵੱਲੋਂ ਜਿਹੜੀ ਪੇਂਟਿੰਗ ਤਿਆਰ ਕੀਤੀ ਗਈ ਔਰ ਇਸ ਪੇਂਟਿੰਗ ਨੂੰ ਤਿਆਰ ਕਰਨ ਦੇ ਲਈ 3 ਘੰਟੇ ਦਾ ਜਿਹੜਾ ਸਮਾਂ ਲੱਗਿਆ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਸਾਰਾ ਦੇ ਵੱਲੋਂ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਗਈਆਂ ਨੇ ਪਰ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਸ ਦੇ ਜਨਮ ਦਿਨ ਦੇ ਉੱਤੇ ਸਾਰਾ ਦੇ ਵੱਲੋਂ ਇਹ ਜਿਹੜੀ ਪੇਂਟਿੰਗ ਆ ਉਹ ਬਣਾਈ ਗਈ ਆ ਸੋ ਅੱਜ ਹਰ ਕੋਈ ਸਿੱਧੂ ਮੂਸੇਵਾਲੇ ਨੂੰ ਵੱਖੋ ਵੱਖਰੇ ਢੰਗ ਦੇ ਨਾਲ ਯਾਦ ਕਰ ਰਿਹਾ ਹੈ ਪ੍ਰਸ਼ੰਸਕ ਸਿੱਧੂ ਦੇ ਘਰ ਬਾਹਰ ਪਹੁੰਚ ਰਹੇ ਨੇ ਔਰ ਸਿੱਧੂ ਦੀ ਹਵੇਲੀ ਬਾਹਰ ਪ੍ਰਸ਼ੰਸਕਾਂ ਦੇ ਵੱਲੋਂ ਕੇਕ ਵੀ ਕੱਟੇ ਗਏ ਨੇ ਹਾਲਾਂਕਿ ਹਰ ਕੋਈ ਸਿੱਧੂ ਨੂੰ ਯਾਦ ਕਰਕੇ ਅੱਜ ਵੀ ਭਾਵੁਕ ਹੋ ਰਿਹਾ ਹੈ ਔਰ ਹਰ ਇੱਕ ਜਿਹੜੀ ਅੱਖ ਹੈ ਉਹ ਅਜਵੀ ਨਮ ਨਜ਼ਰ ਆ ਰਹੀ ਹੈ